ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅਤੇ ਵੀਰ ਜੀ ਅੱਜ ਆਪਾਂ ਪਿੰਡ ਜੀਓ ਵਾਲਾ ਪਹੁੰਚ ਚੁੱਕੇ ਹਾਂ ਬਾਈ ਗੰਗ ਜੀ ਹੋਣਾ ਕੋਲ ਜੀ ਦੇਖੋ ਅੱਜ ਵੀ ਬਾਈ ਉਹਨੇ 5-6 ਲੱਖ ਪਸ਼ੂ ਲੈ ਕੇ ਆਏ ਆ ਅਤੇ ਚਲੋ ਨਾਲ ਗਾਂ ਵੀ ਲੈ ਕਹਿੰਦੀ ਆ ਬਾਕੀ ਵੀਰ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਠੀਕ ਆ ਮੂਹਰੇ ਲਾ ਬੈਠੇ ਹਾਂ ਲੱਗ ਕੇ ਚਲੋ ਹੋਰ ਸੁਣਾ ਠੀਕ ਠਾਕ ਵਧੀਆ ਠੀਕ ਠਾਕ ਕਿਵੇਂ ਜਾਂਦਾ ਕੰਮ ਕੰਮ ਬੜੀ ਕਿਰਪਾ ਮਾਲ ਦੀ ਅੱਜ ਫਿਰ ਗੈਪ ਪੈ ਗਿਆ ਥੋੜਾ ਜਿਹਾ ਤੇ ਮਾਲ ਆਉਂਦਾ ਸੀ ਤੇ ਵੇਚ ਜਾਂਦਾ ਚਲੋ ਇੱਕ ਥੋੜਾ ਜਿਹਾ ਕੰਮ 'ਚ ਬਿਜ਼ੀ ਹਾਂ ਮਾਲ ਵੀ ਘੱਟ ਮਿਲਦਾ ਮਾਲ ਵੀ ਇੱਕ ਘੱਟ ਮਿਲਦਾ ਚੰਗਾ ਮਾਲ ਬਿਲਕੁਲ ਹੁਣੇ ਉਹ ਡੰਗਰ ਦਾ 4-5 ਆ 3-4 ਇੱਕ ਮਹੀ ਉਹ ਵੇਚੀ ਹੋਣੀ ਵੀਰ ਨੇ ਲੈਂਦੀ ਆ ਫਲੌਰ ਦੇ ਬੰਦੇ ਉਹਨਾਂ ਨੇ ਲੈਂਦੀ ਆ ਆ ਦੱਸੋ ਇਹ ਬੈਠ ਹੋਣੇ ਸੂ ਕਿਹੜੀ ਆ ਪਹਿਲਾਂ ਸੂ ਹੋਈ ਆ ਪਹਿਲਾਂ ਹੀ ਹਾਂਜੀ 4-5 ਜਾਸੀ ਸਟਾਕ ਅਸੀਂ ਆ ਪੂਰੀ ਪਹਿਲਾਂ ਸੂ ਆ 4 ਅੰਦਰ ਬੈਠ ਬਖਾਉ ਮੂੰਹ ਮਾ ਲਓ ਜੀ ਜਾਸੀ ਸਾਨੂੰ ਬਹੁਤ ਚੰਗਾ ਲੱਗਾ ਮਸੀਂ ਤੋ ਤੋ ਰੋ ਮਾੜਾ ਜੀ किलो 1.5 किलो चाहिए अच्छा किन्ने टाइम दी ठीक है हाँ जी फिर ਗਗੜਾ ਇੰਦੀ ਪਰ ਕੀ ਮਜ਼ਾ ਕਿੰਨਾ ਤੁਸੀਂ ਨਾ ਜੇ ਤੋਂ ਨਹੀਂ ਜੀ ਵਿਚਾਰ ਹਾਂ ਪਤਾ ਕਿ 1.5 ਲੱਖ ਦੀ ਹਾਂ ਹੁਣ ਮੁੱਲ ਨਾ ਇੱਕ ਪੰਜ ਹਾਂ ਨਾ ਪੂਰੇ 95 ਯਾਰ ਤੇ ਛੋਟ ਛੋਟ ਕਰ ਦਾਂ ਚਲੋ ਮੋਕਾ ਤੇ ਨਹੀਂ ਆ ਤੇ ਨਹੀਂ ਆ ਤੇ 4 ਹੀ ਚਲੋ ਵੇਖੀ ਹੋ ਭਾਈ 3 ਪਸ਼ੂ ਆ ਮੇਰਾ ਵੀ ਚੈੱਕ ਕਰਕੇ ਚੁਆਈ ਕਰਾਂ ਨਾ ਭਾਜੀ ਮੈਂ ਲੈ ਗਿਆ 5 ਟੋਕੜਾ ਕਰਨਾ ਠੀਕ ਆ ਫਸੇ ਹੁਣ ਚਲੋ ਬੋਲੋ ਬੰਦੇ ਨੰਬਰ 8721 7029 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਸਤਿ ਸ਼੍ਰੀ ਅਕਾਲ।